ਕਨੌਰ ਕਲਾਂ ਦੀ ਇੱਕ ਧੁਰੀ ਵਿਖੇ ਪੜ੍ਹਦੀ ਵਿਦਿਆਰਥਣ ਵੱਲੋਂ ਧੁਰੀ ਦੇ ਓਵਰਬ੍ਰਿਜ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਖਬਰ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਧੁਰੀ ਵਿਖੇ BA ਦੀ ਪੜ੍ਹਾਈ ਦੇ ਨਾਲ ਨਾਲ IELTS ਦੀ ਕੋਚਿੰਗ ਲੈ ਰਹੀ ਸੀ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਦੀ ਬੇਟੀ ਆਪਣੀ ਪੜ੍ਹਾਈ ਕਰਕੇ ਘਰ ਜਾ ਰਹੀ ਸੀ ਤਾਂ ਉਸਨੇ ਅਚਾਨਕ ਓਵਰਬ੍ਰਿਜ ਤੋਂ ਛਾਲ ਮਾਰ ਦਿੱਤੀ। ਪੜ੍ਹਦੀ ਸੀ ਇੱਥੇ ਸੰਗਰੂਰ ਆਈਲੈਕਸ ਕਰਦੀ ਹੈ। ਕੋਈ ਘਰੇ ਗੱਲਬਾਤ ਜਾਂ ਨਾ ਜੀ ਨਾ ਜਾਂ ਕੋਈ ਹੋਰ ਕੋਈ ਬਾਹਰ ਕੋਈ ਉਹਨੂੰ ਤੰਗ ਪਛਾਣ ਜਾਂ ਨਹੀਂ ਜਾਂ ਬੱਚੇ ਨੇ ਕੋਈ ਗੱਲਬਾਤ ਕੀਤੀ ਨਾ ਜੀ ਨਾ ਕੋਈ ਗੱਲ ਨਹੀਂ ਜੀ। ਇਸ ਮਾਮਲੇ ਦੀ ਪੜਤਾਲ ਕਰ ਰਹੇ ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੱਲ ਸਾਨੂੰ 3:30 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਵੀ ਇੱਕ ਲੜਕੇ ਉੱਥੋਂ ਓਵਰਬ੍ਰਿਜ ਤੋਂ ਥੱਲੇ ਛਾਲ ਮਾਰ ਗਈ ਅਤੇ ਉੱਥੋਂ ਉਹਨੂੰ ਰੈਫਰ ਕਰਤਾ ਸੀ ਸੰਗਰੂਰ ਦਾ ਅਤੇ ਇੱਥੇ ਆ ਕੇ ਉਹਦੀ ਡੈਥ ਹੋ ਗਈ। ਅਜੇ ਪਰਿਵਾਰਕ ਮੈਂਬਰਾਂ ਨੇ ਤਾਂ ਜਿਹੜਾ ਕੋਈ ਸਾਨੂੰ ਕਾਰਨ ਨਹੀਂ ਦੱਸਿਆ ਮੌਤ ਬਾਰੇ। ਇਸ ਵਾਰ ਇਹ ਪੜਤਾਲ ਜਾਰੀ ਹੈ। ਜੇ ਕੋਈ ਕਿੰਨੀ ਉਮਰ ਸੀ ਲੜਕੇ ਦੀ ਉਮਰ ਸੀ 20 ਸਾਲ ਜੀ।